ਦਿੱਲੀ ਦੇ IAS ਕੋਚਿੰਗ ਸੈਂਟਰ ਦੇ ਵਿੱਚ 3 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇਹ ਸਵਾਲ ਉੱਠ ਰਹੇ ਨੇ ਕਿ ਆਖਰ ਉਸ ਬੇਸਮੈਂਟ ਦੇ ਵਿੱਚ ਪਾਣੀ ਵੜਿਆ ਕਿਵੇਂ ਹੈ ਜਿੱਥੇ 3 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਤੁਹਾਨੂੰ ਇਸਦਾ ਪਹਿਲਾ ਕਾਰਨ ਤਾਂ ਦਿੱਲੀ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਅਤੇ ਦੂਸਰਾ ਕਾਰਨ ਜੋ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਇਹ ਕੋਚਿੰਗ ਸੈਂਟਰ ਹੈ ਉਸਦੇ ਠੀਕ ਬਾਹਰੋਂ ਇੱਕ ਕਾਲੇ ਰੰਗ ਦੀ ਥਾਰ ਨਿਕਲਦੀ ਹੈ, ਅਤੇ ਜਿਵੇਂ ਹੀ ਥਾਰ ਨਿਕਲਦੀ ਹੈ ਤਾਂ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਕਾਫ਼ੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਅਤੇ ਸਾਰਾ ਹੀ ਪਾਣੀ ਬੇਸਮੈਂਟ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਤਾਂ ਇੱਕ ਇਸ ਥਾਰ ਨੂੰ ਵੀ ਕਾਰਨ ਮੰਨਿਆ ਜਾ ਰਿਹਾ। ਇਸ ਨੂੰ ਦੇਖਦੇ ਹੋਏ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਅਤੇ ਇਸ ਥਾਰ ਦੇ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਕਿਹਾ ਜਾ ਰਿਹਾ ਕਿ ਇਹ ਥਾਰ ਜਦੋਂ ਨਿਕਲੀ ਤਾਂ ਉਸ ਤੋਂ ਬਾਅਦ ਹੀ ਪਾਣੀ ਦਾ ਪ੍ਰੈਸ਼ਰ ਕ੍ਰੀਏਟ ਹੁੰਦਾ ਅਤੇ ਫਿਰ ਉਹ ਪਾਣੀ ਸਿੱਧਾ ਹੀ ਬੇਸਮੈਂਟ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ। 3 ਤੋਂ 4 ਮਿੰਟਾਂ ਦੇ ਵਿੱਚ ਪਾਣੀ ਜੋ ਹੈ ਬੇਸਮੈਂਟ ਦੀ ਛੱਤ ਤੱਕ ਪਹੁੰਚ ਜਾਂਦਾ। ਹਾਲਾਂਕਿ ਜਿਵੇਂ ਹੀ ਪਾਣੀ ਜਦੋਂ ਜਾਣਾ ਬੇਸਮੈਂਟ 'ਚ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਲਾਇਬ੍ਰੇਰੀ ਜੋ ਬਣੀ ਹੋਈ ਹੈ ਬੇਸਮੈਂਟ ਦੇ ਵਿੱਚ ਇਹ IAS ਕੋਚਿੰਗ ਸੈਂਟਰ ਦੀ, ਉਸ 'ਚ 35 ਵਿਦਿਆਰਥੀ ਸ਼ਾਮਿਲ ਹੁੰਦੇ ਨੇ, ਬੈਠੇ ਹੁੰਦੇ ਨੇ ਅਤੇ ਉਹ ਪਾਣੀ ਦੀ ਆਵਾਜ਼ ਸੁਣ ਕੇ ਤੁਰੰਤ ਬਾਹਰ ਨੂੰ ਆਉਣਾ ਸ਼ੁਰੂ ਕਰ ਦਿੰਦੇ ਨੇ। ਅਤੇ ਕਿਹਾ ਜਾ ਰਿਹਾ ਕਿ ਸਾਰੇ ਹੀ ਤਕਰੀਬਨ ਜਦੋਂ ਬਾਹਰ ਆ ਗਏ ਤਾਂ 2 ਵਿਦਿਆਰਥਣਾਂ ਅਤੇ 1 ਵਿਦਿਆਰਥੀ ਇਸ ਪਾਣੀ ਦੇ ਵਿੱਚ ਫਸ ਜਾਂਦੇ ਨੇ। ਪਾਣੀ ਜਦੋਂ ਤੇਜ਼ੀ ਨਾਲ ਭਰਨ ਲੱਗਦਾ ਤਾਂ 3 ਤੋਂ 4 ਮਿੰਟਾਂ ਦੇ ਵਿੱਚ 10 ਤੋਂ 12 ਫੁੱਟ ਪਾਣੀ ਭਰਦਾ ਅਤੇ ਉਹ ਤਿੰਨੋਂ ਹੀ ਵਿਦਿਆਰਥੀ ਪਾਣੀ ਦੇ ਵਿੱਚ ਰਹਿ ਜਾਂਦੇ ਨੇ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜਿਵੇਂ ਉਹ ਤਿੰਨੋਂ ਰਹਿੰਦੇ ਨੇ ਨੀਚੇ ਤਾਂ ਮੌਕੇ ਦੇ ਉੱਤੇ ਜੋ ਫਾਇਰ ਬ੍ਰਿਗੇਡ ਦੀ ਟੀਮ ਆ ਉਸ ਨੂੰ ਸੂਚਿਤ ਕੀਤਾ ਜਾਂਦਾ ਹੈ, ਪੰਪਾਂ ਦੀ ਮਦਦ ਦੇ ਨਾਲ ਪਾਣੀ ਨੂੰ ਬਾਹਰ ਕੱਢਿਆ ਜਾਂਦਾ ਅਤੇ ਤਿੰਨਾਂ ਦੀ ਲਾਸ਼ਾਂ ਨੂੰ ਬਰਾਮਦ ਕੀਤਾ ਜਾਂਦਾ। ਹਾਲਾਂਕਿ ਸਭ ਤੋਂ ਬਾਅਦ ਜਿੱਥੇ ਇਸ ਕੋਚਿੰਗ ਸੈਂਟਰ ਦੇ ਮਾਲਕ ਕੋਆਰਡੀਨੇਟਰ ਨੂੰ ਵੀ ਗ੍ਰਿਫਤਾਰ ਕਰ ਲਿਆ, ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ, ਉੱਥੇ ਹੀ ਇਸ ਥਾਰ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਪਾਣੀ ਅੰਦਰ ਗਿਆ ਕਿਵੇਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਰਸਾਤਾਂ ਹੋਈਆਂ ਨੇ, ਅਜਿਹੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ, ਪਰ ਜਿਵੇਂ ਹੀ ਇਹ ਥਾਰ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਪਾਣੀ ਅੰਦਰ ਜਾਣਾ ਸ਼ੁਰੂ ਹੋ ਜਾਂਦਾ। ਤਾਂ ਪੁਲਿਸ ਲਗਾਤਾਰ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਥਾਰ ਵਾਲੇ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਦੇ IAS ਕੋਚਿੰਗ ਸੈਂਟਰ ਦੇ ਵਿੱਚ 3 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇਹ ਸਵਾਲ ਉੱਠ ਰਹੇ ਨੇ ਕਿ ਆਖਰ ਉਸ ਬੇਸਮੈਂਟ ਦੇ ਵਿੱਚ ਪਾਣੀ ਵੜਿਆ ਕਿਵੇਂ ਹੈ ਜਿੱਥੇ 3 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਤੁਹਾਨੂੰ ਇਸਦਾ ਪਹਿਲਾ ਕਾਰਨ ਤਾਂ ਦਿੱਲੀ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਅਤੇ ਦੂਸਰਾ ਕਾਰਨ ਜੋ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਇਹ ਕੋਚਿੰਗ ਸੈਂਟਰ ਹੈ ਉਸਦੇ ਠੀਕ ਬਾਹਰੋਂ ਇੱਕ ਕਾਲੇ ਰੰਗ ਦੀ ਥਾਰ ਨਿਕਲਦੀ ਹੈ, ਅਤੇ ਜਿਵੇਂ ਹੀ ਥਾਰ ਨਿਕਲਦੀ ਹੈ ਤਾਂ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਕਾਫ਼ੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਅਤੇ ਸਾਰਾ ਹੀ ਪਾਣੀ ਬੇਸਮੈਂਟ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਤਾਂ ਇੱਕ ਇਸ ਥਾਰ ਨੂੰ ਵੀ ਕਾਰਨ ਮੰਨਿਆ ਜਾ ਰਿਹਾ। ਇਸ ਨੂੰ ਦੇਖਦੇ ਹੋਏ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਅਤੇ ਇਸ ਥਾਰ ਦੇ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਕਿਹਾ ਜਾ ਰਿਹਾ ਕਿ ਇਹ ਥਾਰ ਜਦੋਂ ਨਿਕਲੀ ਤਾਂ ਉਸ ਤੋਂ ਬਾਅਦ ਹੀ ਪਾਣੀ ਦਾ ਪ੍ਰੈਸ਼ਰ ਕ੍ਰੀਏਟ ਹੁੰਦਾ ਅਤੇ ਫਿਰ ਉਹ ਪਾਣੀ ਸਿੱਧਾ ਹੀ ਬੇਸਮੈਂਟ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ। 3 ਤੋਂ 4 ਮਿੰਟਾਂ ਦੇ ਵਿੱਚ ਪਾਣੀ ਜੋ ਹੈ ਬੇਸਮੈਂਟ ਦੀ ਛੱਤ ਤੱਕ ਪਹੁੰਚ ਜਾਂਦਾ। ਹਾਲਾਂਕਿ ਜਿਵੇਂ ਹੀ ਪਾਣੀ ਜਦੋਂ ਜਾਣਾ ਬੇਸਮੈਂਟ 'ਚ ਸ਼ੁਰੂ ਹੁੰਦਾ ਤਾਂ ਉਸ ਤੋਂ ਬਾਅਦ ਲਾਇਬ੍ਰੇਰੀ ਜੋ ਬਣੀ ਹੋਈ ਹੈ ਬੇਸਮੈਂਟ ਦੇ ਵਿੱਚ ਇਹ IAS ਕੋਚਿੰਗ ਸੈਂਟਰ ਦੀ, ਉਸ 'ਚ 35 ਵਿਦਿਆਰਥੀ ਸ਼ਾਮਿਲ ਹੁੰਦੇ ਨੇ, ਬੈਠੇ ਹੁੰਦੇ ਨੇ ਅਤੇ ਉਹ ਪਾਣੀ ਦੀ ਆਵਾਜ਼ ਸੁਣ ਕੇ ਤੁਰੰਤ ਬਾਹਰ ਨੂੰ ਆਉਣਾ ਸ਼ੁਰੂ ਕਰ ਦਿੰਦੇ ਨੇ। ਅਤੇ ਕਿਹਾ ਜਾ ਰਿਹਾ ਕਿ ਸਾਰੇ ਹੀ ਤਕਰੀਬਨ ਜਦੋਂ ਬਾਹਰ ਆ ਗਏ ਤਾਂ 2 ਵਿਦਿਆਰਥਣਾਂ ਅਤੇ 1 ਵਿਦਿਆਰਥੀ ਇਸ ਪਾਣੀ ਦੇ ਵਿੱਚ ਫਸ ਜਾਂਦੇ ਨੇ।
ਪਾਣੀ ਜਦੋਂ ਤੇਜ਼ੀ ਨਾਲ ਭਰਨ ਲੱਗਦਾ ਤਾਂ 3 ਤੋਂ 4 ਮਿੰਟਾਂ ਦੇ ਵਿੱਚ 10 ਤੋਂ 12 ਫੁੱਟ ਪਾਣੀ ਭਰਦਾ ਅਤੇ ਉਹ ਤਿੰਨੋਂ ਹੀ ਵਿਦਿਆਰਥੀ ਪਾਣੀ ਦੇ ਵਿੱਚ ਰਹਿ ਜਾਂਦੇ ਨੇ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜਿਵੇਂ ਉਹ ਤਿੰਨੋਂ ਰਹਿੰਦੇ ਨੇ ਨੀਚੇ ਤਾਂ ਮੌਕੇ ਦੇ ਉੱਤੇ ਜੋ ਫਾਇਰ ਬ੍ਰਿਗੇਡ ਦੀ ਟੀਮ ਆ ਉਸ ਨੂੰ ਸੂਚਿਤ ਕੀਤਾ ਜਾਂਦਾ, ਪੰਪਾਂ ਦੀ ਮਦਦ ਦੇ ਨਾਲ ਪਾਣੀ ਨੂੰ ਬਾਹਰ ਕੱਢਿਆ ਜਾਂਦਾ ਅਤੇ ਤਿੰਨਾਂ ਦੀ ਲਾਸ਼ਾਂ ਨੂੰ ਬਰਾਮਦ ਕੀਤਾ ਜਾਂਦਾ। ਹਾਲਾਂਕਿ ਸਭ ਤੋਂ ਬਾਅਦ ਜਿੱਥੇ ਇਸ ਕੋਚਿੰਗ ਸੈਂਟਰ ਦੇ ਮਾਲਕ ਕੋਆਰਡੀਨੇਟਰ ਨੂੰ ਵੀ ਗ੍ਰਿਫਤਾਰ ਕਰ ਲਿਆ, ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ, ਉੱਥੇ ਇਸ ਥਾਰ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਪਾਣੀ ਅੰਦਰ ਗਿਆ ਕਿਵੇਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਰਸਾਤਾਂ ਹੋਈਆਂ ਨੇ, ਅਜਿਹੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ, ਪਰ ਜਿਵੇਂ ਹੀ ਇਹ ਥਾਰ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਪਾਣੀ ਅੰਦਰ ਜਾਣਾ ਸ਼ੁਰੂ ਹੋ ਜਾਂਦਾ। ਤਾਂ ਪੁਲਿਸ ਲਗਾਤਾਰ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਥਾਰ ਵਾਲੇ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।